ਅਸੀਂ ਪਹਿਲਾਂ ਇੱਕ ਘੁੰਮਣ ਵਾਲੀ ਫਿਰਕੀ ਲਵਾਂਗੇ ਅਤੇ ਪੁਰਾਣੀ ਸੀ ਡੀ ਅਤੇ ਬੰਟੇ ਚਿਪਕਾਵਾਂਗੇ। ਫਿਰ ਪੇਪਰ ਦੇ ਬਣੇ ਅਲੱਗ ਅਲੱਗ ਨਮੂਨੇ ਸੀ ਡੀ ਉੱਤੇ ਚਿਪਕਾਵਾਂਗੇ ਅਤੇ ਫਿਰ ਉਹਨਾਂ ਦੇ ਘੁੰਮਣ ਦਾ ਮਜ਼ਾ ਲਵਾਂਗੇ। ਇੱਕ ਪੁਰਾਣੀ ਸੀ ਡੀ ਜਾਂ ਡੀ ਵੀ ਡੀ ਲਓ, ਉਸਦੀ ਉੱਪਰ ਵਾਲੀ ਸਾਈਡ 'ਤੇ ਰਬੜ ਗੂੰਦ ਲਗਾ ਦੇਵੋ ਅਤੇ ਫਿਰ ਬਿੰਦੀਆਂ ਵਾਲਾ ਸਪਾਇਰਲ ਪੈਟਰਨ ਚਿਪਕਾ ਦੇਵੋ। ਹੁਣ ਇਸ ਦੇ ਵਿੱਚ ਵਾਲੇ ਛੇਦ 'ਤੇ ਵੀ ਗੂੰਦ ਲਗਾ ਦੇਵੋ ਅਤੇ ਇਸ ਨੂੰ ਇੱਕ ਢੱਕਣ ਦੇ ਉੱਪਰ ਟਿਕਾ ਕੇ ਰੱਖ ਦੇਵੋ। ਉੱਪਰੋਂ ਵਿੱਚ ਵਾਲੇ ਛੇਦ ਵਿੱਚ ਇੱਕ ਬੰਟਾ ਚਿਪਕਾ ਦੇਵੋ। ਹੁਣ ਗੂੰਦ ਦੇ ਸੁੱਕਣ ਦਾ ਇੰਤਜ਼ਾਰ ਕਰੋ। ਨੀਚੇ ਵਾਲੇ ਹਿੱਸਾ ਜੋ ਥੋੜ੍ਹਾ ਕਨਵੈਕਸ ਸਤਹ ਹੈ ਫਿਰਕੀ ਦੀ ਪੂਰੀ ਪਾਈਵਟ ਹੈ। ਬੰਟੇ ਦਾ ਉੱਪਰਲਾ ਹਿੱਸਾ ਗ੍ਰਿਪ ਬਣਾਵੇਗਾ। ਇਸ ਫਿਰਕੀ ਨੂੰ ਮੇਜ਼ ਦੇ ਉੱਪਰ ਰੱਖੋ ਅਤੇ ਬੰਟੇ ਨੂੰ ਪਕੜ ਕੇ ਤੇਜ਼ੀ ਨਾਲ ਘੁਮਾਓ ਅਤੇ ਇਹਨਾਂ 'ਤੇ ਬਣੇ ਨਮੂਨਿਆਂ ਦਾ ਮਜ਼ਾ ਲਓ। ਕੁਝ ਨਮੂਨੇ ਕਲੋਕਵਾਈਜ਼ ਘੁੰਮਣਗੇ ਅਤੇ ਕੁਝ ਐਂਟੀ ਕਲੋਕਵਾਈਜ਼, ਕੁਝ ਤੇਜ਼ ਗਤੀ ਨਾਲ ਅਤੇ ਕੁਝ ਹੌਲੀ ਘੁੰਮ ਰਹੇ ਹੋਣਗੇ। ਹੁਣ ਇਸ ਦਾ ਨਜ਼ਾਰਾ ਟੋਪ ਵਿਊ ਨਾਲ ਲਵੋ। ਇਸ ਤਰ੍ਹਾਂ ਤੁਸੀਂ ਅਲੱਗ ਅਲੱਗ ਨਮੂਨਿਆਂ ਨੂੰ ਟਰਾਈ ਕਰ ਸਕਦੇ ਹੋ ਅਤੇ ਇਹ ਬਹੁਤ ਖੂਬਸੂਰਤ ਲੱਗਦਾ ਹੈ।